हाँ जी किसान भीरो, स्वागत है तुहाड़ा अपने यूट्यूब चैनल बाबा डेयरी फार्म दे उत्ते। जी अज की वीडियो में आप दो गावां सेल लई लैके आए जी, एक बई ताजी सूई है एक गाभण। आओ पुछ लेने बई तुहाडे। बई जी सत श्री अकाल। सत श्री अकाल डॉक्टर साहब, हो ठीक हो? वधिया बहुत वधिया जी। नाम ते एड्रैस बोल। नाम डॉक्टर साहब बब्बू है जी, पिंड सलादपुरा, जिला बठिंडा जी, आपां तहसील फूल नेड़े पिंड नेड़े अपने पदौड़ जी, भगता भाई रूपा। मोबाइल नंबर 7477 जी 17317। ठीक है, ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਆ ਸੂਈ ਇਹ? ਡਾਕਟਰ ਸਾਹਿਬ ਪਹਿਲਾ ਸੂਆ ਸੂਈ ਹੈ ਜੀ ਬੈਡ। ਕਦੋਂ ਸੂਈ ਹੈ ਭਰਾ ਇਹਨੂੰ ਜੀ? ਪੌਣਾ ਕਾ ਘੰਟਾ ਹੋਇਆ, ਅੱਧਾ ਪੌਣਾ ਘੰਟਾ। ਠੀਕ ਆ। ਹਾਂਜੀ। ਤੇ ਬੱਚਾ ਕੀ ਹੈ? ਬੱਚਾ ਦੇਤਾ ਜੀ। ਬੱਚਾ ਦੇਤਾ? ਬੱਚੇ ਚੰਗੇ ਦਿੰਦੀ ਆ? ਹਾਂ, ਬੱਚੇ ਚੰਗੇ ਲੱਗਦਾ ਪਾਊਗੀ, ਪਰ ਬਾਕੀ ਹਨਾ ਆਪਦੇ ਰਿਜ਼ਲਟ ਦਾ ਆਪ ਅਗਲਾ ਮਤਲਬ ਕੱਢ ਹੀ ਲੈਂਦਾ, ਜਿਵੇਂ ਵੀ ਜੇ ਜਾਂ ਬੱਚਾ ਦਾ ਟੀਕਾ ਭਰਾਊਗਾ ਉਹ ਜਿਹਾ ਲੈ ਲੂਗਾ ਬੱਚਾ ਅਗਲਾ। ਸਹੀ ਗੱਲ ਆ ਬਾਈ। ਤੇ ਕਿੰਨਾ ਕੁ ਮੰਨ ਕੇ ਚਲੋ ਬੋਲੋ ਫਿਰ ਕੱਢਿਆ? ਨਹੀਂ ਡਾਕਟਰ ਸਾਹਿਬ ਇਹ ਥੋੜੇ ਕੱਢਿਆ ਦਾ, 2 ਕਿਲੋ ਡੂਢ 2 ਕਿਲੋ ਉਹਨੂੰ ਚੰਗਾਇਆ ਹੀ ਆ ਬਸ। ਬੱਚੇ ਨੂੰ ਕਿਹਾ ਆ? ਹਾਂ, ਅਜੇ ਜੇਰ ਪੈਣੀ ਬਾਕੀ ਹੈ ਨਾ, ਫਿਰ ਮੈਂ ਕਿਹਾ ਜੇ ਅੱਧੀ ਰੁਪਏ ਜਾਂਦੀ ਫਿਰ ਤਾਂ ਸੀ। ਆਰਡਰ ਕਮਾਲ ਦਾ ਥਾਨ, ਬਹੁਤ ਚੰਗਾ, ਕੱਲਾ ਕੱਲਾ ਥਾਨ। ਠੰਡੀ ਬਹੁਤ ਆ ਡਾਕਟਰ, ਐ ਨਹੀਂ ਕੋਈ ਗੱਲ, ਜਿਵੇਂ ਪਹਿਲਾਂ ਨਾ ਨਾ ਉਹ ਛਾਲ ਭੋਰਾ ਨਹੀਂ ਕਰਦੀ। ਜਿਵੇਂ ਮਰਜੀ ਬਹਿ ਜਾ, ਕੋਈ ਚੱਕਰੀ ਨਹੀਂ, ਕਹਿੰਦੀ ਕੁਛ ਨਹੀਂ, ਲੈ ਕੇ ਆ ਬਾਤ, ਜਿਵੇਂ ਮਰਜੀ ਹੱਥ ਲਾਈ ਚੱਲ। ਕੋਈ ਚੱਕਰੀ, ਕੋਈ ਥੋੜੀ ਭਾਲਤਾ ਜ਼ਰੂਰ ਹੈਗੀ ਜੀ। ਥੋੜੀ ਜੀ ਭਾਲ ਜ਼ਰੂਰ ਹੈਗੀ, ਜਿਵੇਂ ਮਰਜੀ ਹੱਥ ਚਵੇਰੀ ਜਾਉ ਨਾ, ਕੋਈ ਚੱਕਰ ਨਹੀਂ। ਬਹੁਤ ਚੰਗੇ ਥਾਨ ਤਾਂ, ਚਵਾਈ ਤਾਂ ਬਹੁਤ ਸੋਹਣੀ ਡਾਕਟਰ। 1 ਨੰਬਰ। ਹਾਂ ਹਾਂ ਹਾਂ, ਠੀਕ ਆ, ਪੂਰੀ ਚੰਗੀ ਚਵਾਈ। ਬੋਲੋ ਮਣੀ ਤੋਰੇ। ਕੱਦ ਚੰਗਾ, ਪ੍ਰਿੰਟ ਬਹੁਤ ਚੰਗਾ ਬਈ, ਸੂਈ ਸਵਾਈ ਆ, ਬੱਚਾ ਮਗਰ ਬੱਚਾ ਬਸ ਜੇਰ ਪੈ ਜਾਣੀ ਆ, ਥੋੜਾ ਟਾਈਮ ਹੀ ਹੋ ਜਾ ਹਜੇ ਬਈ ਸੂਈ ਨੂੰ। ਫੇਸ ਬਿਊਟੀ ਦੇਖੋ ਘਰ ਵਾਲੀ, ਫੇਸ ਬਿਊਟੀ ਬੜੀ ਚੰਗੀ ਆ, ਬੱਚੇ ਦਾ ਕਰਕੇ ਖਣੀ ਤੁਰੇ ਖਣੀ ਨਾ। ਤੁਰ ਪੋ ਕੋਈ ਨਾ, ਆ ਜਾ ਬਤੋ ਤੁਰ ਲਓ। ਆ ਜਾ ਆ ਜਾ। ਕੱਦ ਦੇਖੋ ਬਾਈ, ਬੈਠ ਕੱਦ ਕਾਰ ਛੋਟਾ ਨਾ ਮੰਨ ਕੇ, ਕੋਈ ਭੈਣ ਭਰਾ ਹੋਵੇ ਕੱਦ ਵਾਲੀ ਆ ਜੀ। ਛੋਟਾ ਕੱਦ ਨਾ ਮੰਨਿਓ, ਵੱਡਾ ਕੱਦ, ਤੋਰਾ ਦੇਖੋ ਕਮਾਲ ਦਾ। ਆਰਡਰ ਬਹੁਤ ਸੋਹਣਾ ਤਿਆਰ ਕਰਿਆ, ਕੁਸ ਕਬੋਲਾ ਬਾਈ ਨੇ ਕੱਢਿਆ, ਤੇ ਚਵਾਈ ਵੀ ਬਾਈ ਕਹਿੰਦਾ ਨੰਬਰ 1। ਚਵਾਈ ਦੀ ਨੰਬਰ 1 ਆ ਡਾਕਟਰ, ਕੋਈ ਆਲ ਨਹੀਂ ਹਾਲ ਨਹੀਂ ਕੁਛ ਨਹੀਂ, ਹੋਰਾ ਵੀ ਠੰਡੀ ਬਹੁਤ ਆ ਯਾਰ। ਮੈਂ ਕਿਹਾ ਇੱਥੇ ਸੱਟ ਲਓ, ਰੱਸਾ ਲਓ, ਰੋਕ ਲੈਨੇ ਆਪਾਂ ਜਿਵੇਂ ਮਰਜੀ ਬੈਠਾ ਰਹੇ, ਕੋਈ ਚੱਕਰ ਨਹੀਂ, ਗਲੀ ਦੇ ਵਿਚਾਲੇ ਖੜਾ ਲਈ ਬਾਈ ਨੇ, ਜਿਵੇਂ ਮਰਜੀ ਲੈ, ਜਿਵੇਂ ਮਰਜੀ ਹੱਥ ਫੇਰੀ ਚੱਲ, ਕੋਈ ਚੱਕਰ ਨਹੀਂ। ਜਿਵੇਂ ਪਹਿਲਣਾ ਆਏ ਨਹੀਂ ਕੋਈ ਗੱਲ ਡਾਕਟਰ, ਵੀ ਲੱਤਾਂ ਮਾਰੂ ਜੇ ਨਾ ਉਹ ਕੰਮ ਨਹੀਂ ਹੈਗਾ, ਹਿਲਣਾ ਤਾਂ ਹੈ ਹੀ ਨਹੀਂ ਯਾਰ। ਮੈਂ ਕਿਹਾ ਸਵਾਲ ਹੀ ਨਹੀਂ ਪੈਂਦਾ ਨਾ, ਬੈਠਾ ਮੈਂ ਦੂਜੇ ਪਾਸੇ, ਲੈ ਦੂਜੇ ਪਾਸੇ ਵਗ ਗਿਆ ਬਾਈ, ਇੱਧਰ ਬੈਠਾ ਸੀ ਘੁੰਮ ਕੇ ਦੂਜੇ ਪਾਸੇ ਵਗ ਗਿਆ, ਫੇਰ ਆ ਜਾਣਾ ਇੱਧਰ, ਲੈ ਕਿਹੜਾ ਕੋਲ ਲੈਣ ਜਾਣਾ ਆਪਾਂ, ਜਿਵੇਂ ਮਰਜ਼ੀ ਬੈਠੇ ਰਹੋ। ਸਹੀ ਗੱਲ ਆ ਬਾਈ। ਆ ਜਾ, ਕਿੰਨਾ ਕੁ ਦੁੱਧ ਦੇ ਦੂ ਅਸਤੀ? ਦੋ ਡਾਕਟਰ ਮੰਨ ਕੇ ਚੱਲੋ ਜੀ, ਇਹ ਤਾਂ ਦੁੱਧ ਹੈਗਾ ਤਾਂ ਸੇਵਾ ਦਾ ਪਹਿਲਨ ਵੈੜ ਹੈ ਵੀ, 17-18 ਕਿਲੋ ਤੈਨੂੰ ਕਿਧਰੇ ਗਿਆ ਨਹੀਂ ਕੱਦ ਵਾਲੀ ਹੈ ਹਨਾ, ਠੀਕ ਫੇਸ ਕੁਆਲਿਟੀ ਦਿਖਾ ਦਿਓ, ਮੂੰਹ ਮੱਥੇ ਦਿਖਾ ਦਿਓ ਕਿੰਨੀ ਚੰਗੀ। ਕੀ ਬਾਤ ਹੈ ਬਾਈ, ਕੱਦ ਕਾਠ ਨੂੰ ਹੁਣ ਕਿਸੇ ਚੀਜ਼ ਨੂੰ ਘਾੜ ਨਹੀਂ ਡਾਕਟਰ, ਬਰੀਕ ਬਹੁਤ ਜ਼ਿਆਦਾ, ਜਿੰਨੀ ਕਹਿੰਦੇ ਉਨੀ ਜ਼ਿਆਦਾ ਬਰੀਕ ਹੈ। ਸਹੀ ਹੈ ਭਰਾ, ਬਸ ਮੰਨ ਕੇ ਚੱਲੋ ਵੀ ਮੁੱਲ ਕੀ ਹੈ ਜਾਇਦ ਜਦ ਮੁੱਲ ਡਾਕਟਰ ਸਾਹਿਬ ਲੋਕਾਂ ਦਾ ਆਪਾਂ ਕਰਦੇ ਨਹੀਂ ਹੁੰਦੇ ਅੱਗੇ, ਵੀ ਆਪਣਾ ਪਸ਼ੂ ਕੋਈ ਨਹੀਂ ਖੜਦਾ, ਵਿਕ ਹੀ ਜਾਣਾ ਹੁੰਦਾ, ਵੀਡੀਓ ਇੱਕ ਹੀ ਪਾਉਣੀ ਹੁੰਦੀ ਆਪਾਂ, ਇੱਕ ਪਸ਼ੂ ਦੀ ਇੱਕ ਹੀ ਪਸ਼ੂ ਚ ਵੀਡੀਓ ਚ ਹੀ ਵਿਕ ਜਾਂਦਾ ਜੀ ਆਪਣਾ ਪਸ਼ੂ ਹਨਾ। ਸਹੀ, ਆਪਾਂ ਦੂਰੀ ਕਰਕੇ ਤੇ ਵੀਡੀਓ ਪਾਈ ਆ ਜਾਓ, ਮੁੱਲ ਦੇ ਹਿਸਾਬ ਨਾਲ ਹੀ ਹੈ ਜੀ, ਤੁਹਾਨੂੰ ਵੀ ਪਤਾ ਹਨਾ, ਜੇ ਜਾਇਜ਼ ਮੁੱਲ ਹੋਊਗਾ ਤਾਂ ਪਸ਼ੂ ਵਿਕੂਗਾ, ਜੇ ਜਾਇਜ਼ ਮੁੱਲ ਨਾ ਹੋਊ ਜੀ ਉਹ ਖੜਾ ਰਹੂਗਾ। ਸਹੀ ਗੱਲ, ਆਹੀ ਰੌਲਾ ਹਨਾ। ਹਾਂ ਜੀ ਡਾਕਟਰ ਸਾਹਿਬ, ਕੋਈ 55 ਨਹੀਂ, ਕੋਈ 60 ਨਹੀਂ ਜੀ। ਓਕੇ, ਬਾ ਮੇਰਾ ਭੈਣ ਭਰਾ ਕੋਈ ਆਏ ਨਾ ਕਹੇ ਵੀ ਆਪਾਂ ਤੁਸੀਂ ਮੁੱਲ ਹੀ ਇੰਨਾ ਕੁ ਕਰਿਆ, ਆਪਾਂ ਜਾਇਜ਼ ਮੁੱਲ ਕਰਾਂਗੇ, ਠੀਕ ਹੈ, ਲੋਕਾਂ ਦਾ ਮੁੱਲ ਨਹੀਂ ਕਰਨਾ, 48,500 ਦੀ ਵੱਛੀ ਦੇ ਦਾਂਗੇ। ਚੱਕ ਬਾਈ, ਜਮਾ ਜਾਇਜ਼ ਮੁੱਲ 48,500 ਦੀ ਬਾਈ ਕਹਿੰਦਾ ਬੈਣ ਦੇ ਦਾਂਗੇ। ਆਰਡਰ ਕਮਾਲ ਦਾ, ਥਾਨ ਬਹੁਤ ਚੰਗਾ, ਤੇ ਜੇ ਕਿਸੇ ਵੀ ਭੈਣ ਭਰਾ ਨੂੰ ਆਪਣਾ ਹਜੇ ਵੀ ਮੁੱਲ ਜ਼ਿਆਦਾ ਲੱਗਦਾ, ਭਾਵੇਂ ਆਪਾਂ ਨੂੰ ਬਸ਼ੱਕ ਦੀ ਫੋਨ ਨਾ ਲਾਵੇ, ਠੀਕ ਆ ਬਾਈ। ਹਾਂ, ਜੇ ਹੁਣ ਵੀ ਕਿਸੇ ਭੈਣ ਭਰਾ ਨੂੰ ਆਪਣਾ ਮੁੱਲ ਜ਼ਿਆਦਾ ਲੱਗਦਾ ਤਾਂ ਫਿਰ ਆਪਾਂ ਨੂੰ ਕੋਈ ਭੈਣ ਭਰਾ ਜੀ ਸਾਦ ਕੇ ਫੋਨ ਨਾ ਲਾਵੇ, ਠੀਕ ਆ। ਹਾਂ, ਜਮਾ ਜਾਇਜ਼ ਯਾਰ, ਆਪਣਾ ਮੁੱਲ ਆਪਣਾ ਜਮਾ ਜਾਇਜ਼ ਹੋਊ ਡਾਕਟਰ, ਉਹ ਗੱਲ ਨਹੀਂ ਹੋਊਗੀ ਲੋਕਾਂ ਵਾਲੀ, ਹੁਣ ਮੰਗਣ ਨੂੰ ਆਪਾਂ ਹੀ 55-60 ਮੰਗ ਲਈਏ, ਆਪਾਂ ਨੂੰ 2 ਪੈਸੇ ਬਣਦੇ ਜਦੋਂ ਦੱਸ ਗਏ ਆਪਾਂ ਦੇ ਦੇਣੀ ਆ, ਆਪਾਂ 1,000-2,000 ਖਾਤਰੀ ਆ, ਰੋਜ਼ ਪਸ਼ੂ 1-2 ਵੇਚੀ ਜਾਂਦੇ ਆ। ਬਹੁਤ ਠੀਕ ਆ, ਲੇਵੇ ਥਣ ਮੰਨੂ ਦਿਖਾ ਦੋ, ਕਿਸੇ ਵੀ ਚੀਜ਼ ਮੰਨੂ ਕੋਈ ਘਾਟ ਆ ਤਾਂ ਕੋਈ ਵੀ ਬੰਦਾ ਕਹਿ ਦੇ, ਠੰਡੀ ਸੀਲ ਲੇਵੇ ਦੀ ਫਿਟਿੰਗ ਚੈੱਕ ਕਰ, ਠੰਡੀ ਸੀਲ ਨਿਆਣਾ ਲੈਂਦੀ ਆ ਜੀ ਪੂਰਾ ਵਧੀਆ, ਐ ਨਹੀਂ ਕੋਈ ਗੱਲ, ਆਪਾਂ ਨਿਆਣਾ ਪਾ ਕੇ ਦਿਖਾ ਦਿੰਦੇ ਆ, ਉਹ ਨਹੀਂ ਕੋਈ ਗੱਲ, ਲੋ ਨਿਆਣਾ ਵੀ ਪਾ ਦਿੰਦੇ ਆ, ਨਿਆਣੇ ਨੂੰ ਕੁਛ ਨਹੀਂ ਕਹਿਣਾ, ਬਿਨਾ ਬੱਚੇ ਤੋਂ ਨਿਆਣਾ ਪਾ ਦੂੰਗਾ। ਲੈ ਬਈ, ਜਿਵੇਂ ਮਰਜ਼ੀ ਬੈਠਾ ਰਹੇ, ਨਿਆਣਾ ਪਾ ਲਾ, ਨਿਆਣਾ ਪਾ ਨਾ ਪਾ ਉਹ ਗੱਲ ਨਹੀਂ, ਪਰ ਇਹਨੂੰ ਗੱਲ, ਇਹਦਾ ਲੱਤ ਚੱਕ ਕੇ ਚਕਾ ਕੇ ਪਰੇ ਨੂੰ ਕਰਨੀ ਮਿਲ ਲਓ। ਇੰਨਾ ਠੰਡਾ ਸਵਾਹ, ਲਓ ਜੀ ਸਵਾਹ, ਇੰਨਾ ਠੰਡਾ, ਚਵਾਈ ਵੀ ਬਹੁਤ ਚੰਗੀ, ਲਓ ਲੇਵਾ ਦੇ ਕੋਲੇ ਮੂਹਰੋਂ ਲੇਵਾ ਲੂਗਾ, ਬਹੁਤ ਚੰਗਾ, ਤੇ ਚਵਾਈ ਦੇਖੋ, ਲੈ ਧਾਰਾਂ ਵੀ ਬਾਈ ਨੇ ਮਾਰਤੀਆਂ, ਕੋਈ ਚੱਕਰ ਹੀ ਨਹੀਂ, ਬਿਨਾ ਉਹ ਬੱਚੇ ਤੋਂ ਵੀ ਕੋਈ ਚੱਕਰ ਨਹੀਂ, ਜਿਵੇਂ ਪਲੂਣ ਬੱਚੀ ਨਹੀਂ ਖੜਦੀ ਨੀ, ਲਓ ਮੈਂ ਅਗਲੇ ਸਣਾ ਦੇਖ ਲਓ। ਕਿਆ ਬਾਤ ਹੈ, ਚਵਾਈ ਚੁਈ ਤਾਂ ਪੂਰੀ ਚੰਗੀ ਹੈ ਨਾ, ਬਾਹਲੀ ਚੰਗੀ, ਐ ਨੀ ਕੋਈ ਗੱਲ, ਠੀਕ ਹੈ, ਠੰਡੀ ਸੀਲ ਇੰਨੀ ਆ ਜੀ, ਜਿੰਨੀ ਕਹਿ ਦੋ ਕੋਈ, ਭਾਵੇਂ ਬੱਚਾ ਚੋਲਿਆ, ਐ ਨੀ ਕੋਈ ਗੱਲ,
ਸਹੀ ਆ ਪਸਮ ਕੇ ਥਾਨ ਹੋਰ ਸੋਹਣਾ ਕਰ ਅੱਗੇ 2 ਨੰਬਰ ਕਿਹੜਾ ਸੂਆ ਭਰਾ ਡਾਕਟਰ ਸਾਹਿਬ ਤਾਂ ਕਹਿੰਦੇ ਸੀਗੇ ਪਹਿਲਾ ਆਪਾਂ ਨੂੰ ਨਹੀਂ ਪਤਾ ਵੀ ਪਹਿਲਾ ਕਿ ਦੂਜਾ ਜਿਵੇਂ ਮਰਜ਼ੀ ਕੋਈ ਭੈਣ ਭਰਾ ਮੰਨ ਕੇ ਲੈ ਲਈ ਠੰਡੀ ਸੀਲ ਦੇਖੋ ਇਹ ਵੀ ਕਿੰਨੀ ਜ਼ਿਆਦਾ ਲਾਉਂ ਕੀ ਬਾਤ ਆ ਠੰਡੀ ਸਫਾਈ ਦਿਖਾ ਦਿਓ ਠੰਡੀ ਸੀਲ ਦਿਖਾ ਦਿਓ ਦੇਖੋ ਲੈ पहला सूआ के दूजा मन के चलो 15-16 किलो तो दुध दे ही दू डाक्टर रामदारी ना थोड़ा पक्के थां तों आई है होर कोई चक्कर नहीं ताई जगदी जे माड़ा माड़ा सही गल हां ਉਹ ਕੋਈ ਚੱਕਰ ਦੇਖੋ ਚਮਕ ਗਰਮਜ ਫੁੱਲ ਕੱਦ ਵੱਡ ਵੀ ਚੰਗਾ ਥਣ ਵੀ ਚੰਗਾ ਚੰਗੀ ਆ ਬੜ ਸਨੱਕੀ ਆ ਬਈ ਜਦੋਂ ਲੰਮੀ ਤੋੜ ਲੈਨੇ ਉਦੋਂ ਵਧੀਆ ਤਰੂਗੀ ਥੋੜਾ ਪੱਕੇ ਥਾਂ ਦਾ ਕਰਦੀ ਆ ਥੋੜਾ ਜਿਹਾ ਆਰਡਰ ਦੀ ਕੁਆਲਿਟੀ ਬਹੁਤ ਅਗੜੀ ਆ ਯਾਰ ਬਹੁਤ ਚੰਗੀ ਇੱਕਾ ਥਾਂ ਲੈਵਾ ਕਿੰਨਾ ਸਾਫ ਸੁਥਰਾ ਲੱਗਦਾ ਆ ਬਾਤ ਆ ਨਾਣਾ ਫੁੱਲ ਆ ਨਾ ਲੈਵੇ ਲੋ ਆਏ ਤਾਂ ਨਹੀਂ ਕੋਈ ਗੱਲ ਵੀ ਉਧਰ ਮਾਂ ਰਸਾ ਛੱਡ ਦੇਣਾ ਤਾਂ ਹਾਂ ਵੀ ਹਿੱਲ ਜੂ ਹੋ ਨਾ ਬਾਈ ਜਿਵੇਂ ਮਰਜੀ ਗਲੀ ਦੇ ਵਿਚਾਲੇ ਖੜਾ ਲਈ ਇਹ ਖਾਸੀਅਤ ਆ ਬਾਈ ਤੇਰੇ ਬੱਬੂ ਹਣਾ ਪਸ਼ੂਆਂ ਦੀ ਡਾਕਟਰ ਯਾਰ ਆਪਣਾ ਪਸ਼ੂ ਠੰਡਾ ਸੀ ਜਿੰਨੇ ਪਸ਼ੂ ਲਿਆਉਣਾ ਬਾਈ ਆਹੀ ਕੁਝ ਮਿਲਦਾ ਹਣਾ ਆਹੀ ਕੁਝ ਮਿਲੂਗਾ ਜੀ ਜਿੰਨਾ ਟਾਈਮ ਕੰਮ ਕਰਨਾ ਸਾਫ ਸੁਥਰਾ ਕਰਨਾ ਨਹੀਂ ਕਰਦਾ ਮੈਂ ਕਹਿੰਦਾ ਬਾਈ ਜਮਾ ਸੂਈ ਦੇ ਨਖਾਰੇ ਨਹੀਂ ਕੱਢ ਕੇ ਲਿਆਉਣਾ ਲਓ ਜੀ ਜਮਾ ਜੀ ਜਮਾ ਜੇ ਤਾਂ ਆਪਾਂ ਪੈਸੇ ਦੇਣੇ ਹਣਾ ਬਾਅਦ ਚੋਂ ਕਹੀ ਜੇਬ ਚੋਂ ਕਢਾਉਣੇ ਬਹੁਤ ਔਖਾ ਡਾਕਟਰ ਸਹੀ ਗੱਲ ਤੈਨੂੰ ਵੀ ਪਤਾ ਲੈ ਜਿਵੇਂ ਮਰਜੀ ਆਓ ਉਹ ਦੇਖ ਲੈ ਰਸਾ ਛੱਡਿਆ ਆਪਣਾ ਮੈਂ ਕਹਿੰਦਾ ਐ ਖੜੀ ਆ ਮੌਜ ਨਾ ਯਾਰ ਬਾਈ ਕੀ ਬਾਤ ਜਿਵੇਂ ਮਰਜੀ ਹੱਥ ਫੇਰੀ ਜਾਓ ਕੁਝ ਮਰਜੀ ਕਰੀ ਜਾਓ ਫੇਸ ਕੁਆਲਿਟੀ ਦਿਖਾ ਦਿਓ ਕੀ ਬਾਤ ਕੋਈ ਚੱਕਰ ਆਈ ਗੱਲ ਨਹੀਂ ਠੰਡੀ ਸੀਲ ਲੈ ਚਲੋ ਆ ਜਾ ਪੁੱਤ ਤੇ ਮੁੱਲ ਕੀ ਆ ਜਾ ਜਾ ਡਾਕਟਰ ਸਾਹਿਬ 48000 ਦੀ ਦੇ ਦੇਵਾਂਗੇ ਜੀ ਮਾਨਤਾਨ ਹੋ ਜੀ ਮਾਨਤਾਨ ਕਰ ਦੇਵਾਂਗੇ ਜੀ ਠੀਕ ਆ ਹਾਂ 48000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਲੇਵਾ ਲੂਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਦੇਣ ਮਾ ਡਾਕਟਰ 2-4 ਦਿਨਾਂ ਚ ਇਹਨੇ ਵੀ ਸੂ ਪੈਣਾ ਹਾਂ 2-4 ਦਿਨ ਹੀ ਲਊ ਕੋਈ ਬਾਹਲਾ ਨਹੀਂ ਵੀ ਹਾਂ ਬਾਹਲਾ ਨਹੀਂ ਵੀ ਕੋਈ ਮਹੀਨੇ 2 ਮਹੀਨੇ ਵਾਲਾ ਤਾਂ ਕੰਮ ਹੈ ਨਹੀਂ ਇਹਦਾ ਸਹੀ ਗੱਲ ਆ ਬਈ ਵੀ 2-4 ਦਿਨਾਂ ਵਾਲਾ ਕੰਮ ਹੀ ਆ ਹੋ ਜਾ ਪੁੱਤ ਪਰੇ ਓਏ ਲੇਵੇ ਦੀ ਫੀਟਿੰਗ ਵਾਲੀ ਤਗੜੀ ਫੀਟਿੰਗ ਹਾਲੇ ਤਾਂ ਡਾਕਟਰ ਕੱਚੀ ਕੱਚੀ ਆ ਯਾਰ ਜਦੋਂ ਤਿਆਰ ਹੋ ਗਈ ਹਨਾ ਵੈੜ ਪਸੋਰੀ ਬਣ ਜਾਣੀ ਆ ਸੂਕ ਦਾ ਪਸ਼ੂ ਉਦੋਂ ਵੀ ਜ਼ਿਆਦਾ ਨਿਕਰ ਜਾਂਦਾ ਆਹ ਨਾਲ ਵਾਲੀ ਬੱਚੀ ਦੇਖ ਲਓ ਕਿੰਨੀ ਨਿਖਰੀ ਆ ਸੂਕ ਸਹੀ ਗੱਲ ਆ ਵੀ ਹੈ ਠੰਡੀ ਸੀ ਲਾ ਦੇਖ ਲਓ ਜਿਵੇਂ ਆਪਣੇ ਥਾਂ ਦੀ ਤੰਗੀ ਆ ਕੋਈ ਚੱਕਰ ਹੀ ਨਹੀਂ ਲੱਗਦਾ ਕੀ ਬਾਤ ਆ ਓਕੇ ਆ ਜਿਵੇਂ ਮਰਜ਼ੀ ਬਰੋਸੀ ਜੋ ਹਾਂ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ